ਕਿ ਅਸੀਂ ਤੁਹਾਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਯਾਰ ਅਗਰ ਤੁਸੀਂ ਵੋਟਸ ਨਹੀਂ ਬਣਾਈਆਂ ਤੇ ਵੋਟਸ ਜ਼ਰੂਰ ਬਣਾਓ ਸੋ ਕੌਣ ਕੌਣ ਇੱਥੇ 18 ਸਾਲ ਦਾ ਹੈ 18 ਸਾਲ ਤੋਂ ਉੱਪਰ ਦਾ ਵੀ ਅੱਛਾ ਤੇ ਕੌਣ ਕੌਣ ਹੈ ਜਿਹਦੀ ਵੋਟ ਬਣ ਚੁੱਕੀ ਹੈ ਇਹ ਵਾਲੀ ਗਿਣਤੀ ਘੱਟ ਹੈ ਨਾ ਜਲੰਧਰ ਦੇ ਜਿਹੜੇ 90,000 ਯੂਥ ਹੈ ਨਾ ਉਹਨਾਂ ਚੋਂ ਸਿਰਫ 7,000 ਦੀ ਵੋਟ ਬਣੀ ਹੋਈ ਹੈ ਤੇ ਜਿਹੜੇ ਕਹਿ ਰਹੇ ਸੀ ਨਾ 18 ਸਾਲ ਤੋਂ ਉੱਪਰ ਦੇ ਪਰ ਵੋਟ ਨਹੀਂ ਬਣੀ ਹੋਈ ਉਹਨਾਂ ਕੋਲ ਮੌਕਾ ਹੈ ਕਿ ਉਹ 7 ਅਕਤੂਬਰ ਤੱਕ ਨਾ ਵੋਟ ਬਣਾ ਸਕਦੇ ਆ ਆਪਣੇ ਆਪਣੇ ਏਰੀਆ ਦਾ ਜਿਹੜਾ ਬੂਥ ਲੈਵਲ ਆਫੀਸਰ ਹੈ ਨਾ ਉਹਦੇ ਕੋਲ ਜਾਣਾ ਹੈ ਫਾਰਮ ਨੰਬਰ 6 ਭਰਨਾ ਹੈ ਐਂਡ ਵੋਟ ਬਣ ਜਾਏਗੀ ਤੁਹਾਡੀ ਸੋ ਕੌਣ ਕੌਣ ਇਹ ਚੀਜ਼ ਕਰਨ ਵਾਲਾ ਹੈ ਅੱਛਾ ਕਰ ਲਿਆ ਕਿਆ ਬਾਤ ਹੈ ਪਰ ਬਹੁਤ ਥੋੜੇ ਲੋਕਾਂ ਨੇ ਹੱਥ ਖੜਾ ਕੀਤਾ ਬਾਕੀਆਂ ਨੇ ਕਿਉਂ ਨਹੀਂ ਕੀਤਾ ਨਹੀਂ ਕਰਨੀ ਤੁਸੀਂ ਕਰਨੀ ਚਾਹੀਦੀ ਯਾਰ ਵੋਟ ਬਣਾਉਣਾ ਬਹੁਤ ਜ਼ਰੂਰੀ ਹੈ ਜਿੱਦਾਂ ਕਿ ਸਾਡੀ ਟੈਗ ਲਾਈਨ ਵੀ ਹੈ ਵੋਟ ਬਣਾਓ ਦੇਸ਼ ਬਣਾਓ ਕਿਉਂਕਿ ਕੱਲ ਤੁਸੀਂ ਕੰਪਲੇਂਟ ਨਹੀਂ ਕਰ ਸਕਦੇ ਕਿ ਯਾਰ ਦੇਸ਼ 'ਚ ਇਹ ਚੀਜ਼ ਹੋ ਰਹੀ ਹੈ ਉਹ ਚੀਜ਼ ਹੋ ਰਹੀ ਹੈ ਜਦ ਤੱਕ ਤੁਸੀਂ ਖੁਦ ਪਾਰਟਿਸਿਪੇਟ ਨਹੀਂ ਕਰਦੇ ਉਦੋਂ ਤੱਕ ਕੰਪਲੇਂਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਾਕੀ ਕੌਣ ਕੌਣ ਇਦਾਂ ਦੇ ਸਟੂਡੈਂਟਸ ਹੈ ਜਿਹੜੇ ਹਰ ਐਕਟੀਵਿਟੀ 'ਚ ਪਰਫਾਰਮ ਕਰਦੇ ਆ ਪਾਰਟਿਸਿਪੇਟ ਕਰਦੇ ਆ ਆ ਜਾਓ ਫਿਰ ਉੱਪਰ ਸਟੇਜ ਤੇ ਆ ਜਾਓ ਮੈਂ ਦੱਸ ਦਿੰਦੀ ਹਾਂ ਇਹ ਗਰੁੱਪ ਇਸ ਲਈ ਬਣਾਇਆ ਕਿਉਂਕਿ ਤੁਸੀਂ ਇੱਕ ਛੋਟੀ ਜੀ ਪਰਫਾਰਮੈਂਸ ਦੇਣੀ ਆ ਵੋਟਿੰਗ ਦੇ ਲਈ ਅਵੇਅਰ ਕਰਨ ਦੇ ਲਈ ਯੂਥ ਨੂੰ ਕਿ ਕਿੱਦਾਂ ਆਪਣੀ ਪਰਫਾਰਮੈਂਸ ਦੇ ਤੋਂ ਤੁਸੀਂ ਅਵੇਅਰ ਕਰੋਗੇ ਕੋਈ ਸਕਿੱਟ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਚੁੱਟੂ ਨੇਤਾ ਕੀ ਇੱਜ਼ਤ ਚੁੱਟੂ ਨੇਤਾ ਕੀ ਇੱਜ਼ਤ ਕਿੱਦਾਂ ਨੇ ਸਭ ਚੁੱਟੂ ਨੇਤਾ ਕੀ ਇੱਜ਼ਤ ਚੁੱਟੂ ਨੇਤਾ ਕੀ ਇੱਜ਼ਤ ਉਹ ਬਸ ਕਰੋ ਬਸ ਕਰੋ ਹਾਂਜੀ ਸਭ ਪੂਰੀ ਰੋਡ ਤਿਆਰ ਹੋਈ ਹੈ ਨਾ ਉਦਘਾਟਨ ਪਰਸੋਂ ਹੀ ਕੀਤਾ ਸੀ ਚਾਚਾ ਜੀ ਦੇ ਨਾਲ ਆ ਕੇ ਨਾ ਹੋਰ ਵੀ ਕਿੱਦਾਂ ਜੀ ਤੁਸੀਂ ਸਾਰੇ ਸਾਡੇ ਕਿੱਦਾਂ ਮੈਂਬਰ ਸਾਡੇ ਪਾਰਟੀ ਦੇ ਹੋਰ ਵੀ ਇਹਦੀ ਜਨਤਾ ਆਈ ਹੈ ਸਾਡੇ ਵਾਸਤੇ ਤੁਹਾਡਾ ਬਹੁਤ ਬਹੁਤ ਯੋਗਦਾਨ ਆ ਸਾਡੇ ਨਾਲ ਤੁਹਾਡੇ ਕਾਰਨ ਹੀ ਸਾਡੀ ਪਾਰਟੀ ਚੱਲਦੀ ਹੈ ਹੁਣ ਜਿੱਦਾਂ ਗੱਲ ਹੈਗੀ ਹੈ ਸਾਡੀ ਇਲੈਕਸ਼ਨ ਆਉਣ ਵਾਲੇ ਇਲੈਕਸ਼ਨ ਦੇ ਦਿਨ ਹੈਗੇ ਆ ਜਿੱਦਾਂ ਕਿ ਤੁਹਾਡੀ ਵੋਟ ਦੀ ਮੈਨੂੰ ਬਹੁਤ ਲੋੜ ਹੈਗੀ ਆ ਤੁਹਾਨੂੰ ਤਾਂ ਪਤਾ ਹੀ ਜਲੰਧਰ ਦੇ ਵਿੱਚ ਮੈਂ ਹੁਣ ਕੀ ਸੋਚਿਆ ਪੁੱਛੋ ਕੀ ਸੋਚਿਆ ਜਲੰਧਰ ਦੇ ਵਿੱਚ ਮੈਟਰੋ ਚੱਲੂਗੀ ਮੈਟਰੋ ਦੇ ਨਾਲ ਨਾਲ ਮੈਂ ਇੱਕ ਹੋਰ ਸੁਵਿਧਾ ਦੇਣ ਵਾਲਾ ਵਾਂ ਜਲੰਧਰ ਵਿੱਚ ਏਅਰਪੋਰਟ ਉਹ ਕੀ ਮੈਂ ਹਲੇ ਗੱਲ ਕਰਨੀ ਹੈ ਦਿੱਲੀ ਦੇ ਮੰਤਰਾਲੇ ਵਿੱਚ ਬਾਕੀ ਮੈਂ ਸਾਰੀ ਸੁਵਿਧਾ ਦਊਂਗਾ ਤੁਹਾਨੂੰ ਤੁਸੀਂ ਮੈਨੂੰ ਵੋਟ ਕਰਾਓ ਸਾਰੇ ਜਣੇ ਮਿਲ ਕੇ ਅੱਖਾਂ ਮਿੰਟੋ ਨੂੰ ਮੈਨੂੰ ਵੋਟ ਕਰੋ ਬਾਕੀਆਂ ਵੱਲ ਜਾਣ ਦੀ ਲੋੜ ਹੀ ਨਹੀਂ ਜੈ ਹਿੰਦ ਯਾਰ ਜੇ ਸਾਡੇ ਆ ਝੁੱਡੂ ਨੇਤਾ ਜੀ ਨੇਤਾ ਬਣ ਸਕਦੇ ਕਿ ਮੈਂ ਨਹੀਂ ਬਣ ਸਕਦਾ ਇਹ ਕਹਿੰਦੇ ਸੜਕਾਂ ਬਣਾਉਣੀਆਂ ਇਹ ਕਹਿੰਦੇ ਏਅਰਪੋਰਟ ਬਣਾਉਣੇ ਪਿਛਲੇ 5 ਸਾਲ ਅਜੇ ਤੱਕ ਕੁਝ ਕੀਤਾ ਇਹਨਾਂ ਨੇ ਹੁਣ ਕੀ ਕਰ ਦੇਣਗੇ ਮੈਂ ਹਾਂ ਮੈਂ ਤੁਹਾਡੇ ਸਾਰਿਆਂ ਦਾ ਨਾਲ ਚੱਲਾਂਗਾ ਮੈਂ ਤੁਹਾਡੀ ਪੂਰੀ ਸਪੋਰਟ ਕਰਾਂਗਾ ਮੈਂ ਨਵੀਆਂ ਸੜਕਾਂ ਨਵੇਂ ਸਕੂਲ ਅਤੇ ਸਾਰੇ ਹੀ ਕੰਮ ਕਰਾਂਗਾ ਤੁਸੀਂ ਵੋਟ ਆਪਣੀ ਜੱਸੀ ਜੀ ਨੂੰ ਹੀ ਦੇਣੀ ਹੈ ਝੁੱਡੂ ਜੀ ਨੂੰ ਨਹੀਂ ਬੱਚੋ ਸਕੂਲ ਚਾਹੀਦੇ ਕਿ ਏਅਰਪੋਰਟ ਚਾਹੀਦਾ ਦੱਸੋ ਏਅਰਪੋਰਟ ਚਾਹੀਦਾ ਕਿ ਸਕੂਲ ਚਾਹੀਦੇ ਨੇ ਤੁਹਾਨੂੰ ਏਅਰਪੋਰਟ ਮੈਟਰੋ ਮੈਟਰੋ ਟਿਕਟਾਂ ਫ੍ਰੀ ਜਿੱਥੇ ਮਰਜ਼ੀ ਜਾਓ ਡੇਵੀਏਟ ਦੀ ਮੈਟਰੋ ਵਿੱਚ ਆਓ ਤੁਹਾਨੂੰ ਮੈਂ ਸਭ ਕੁਝ ਨੇੜੇ ਦਊਂਗਾ ਮੈਨੂੰ ਤੁਸੀਂ ਵੋਟ ਕਰੋ ਬਾਕੀ ਇੱਥੇ ਬਥੇਰੀਆਂ ਪਾਰਟੀਆਂ ਨੇ ਸਾਰੇ ਇੱਥੇ ਹੈਗੇ ਨੇ ਖਾਣ ਪੀਣ ਵਾਲੇ ਤੁਹਾਨੂੰ ਮੈਂ ਸਿੱਧੀ ਗੱਲ ਦੱਸ ਰਿਹਾ ਮੈਂ ਕੋਈ ਹੱਸਣ ਵਾਲੀ ਗੱਲ ਨਹੀਂ ਹੈਗੀ ਭੈਣ ਜੀ ਹੱਸੋ ਨਾ ਤੁਸੀਂ ਹੱਸਣ ਵਾਲੀ ਗੱਲ ਨਹੀਂ ਹੈਗੀ ਅੱਜ ਕੱਲ੍ਹ ਜਿੱਦਾਂ ਸਾਡੇ ਦੇਸ਼ ਵਿੱਚ ਕਰਪਸ਼ਨ ਵੱਧਦੀ ਪਈ ਆ ਮੈਂ ਕੱਲ੍ਹ ਸਵੇਰੇ ਬਾਥਰੂਮ ਦੇ ਨਾਲ ਲੱਗੇ ਸੋਚਿਆ ਇਹ ਸਾਰੀ ਕਰਪਟ ਆਪਾਂ ਸਾਰੀ ਕਰਪਸ਼ਨ ਦੇਸ਼ ਵਿੱਚ ਉਹਦੇ ਨੂੰ ਖਾੜ ਕੇ ਬਾਹਰ ਕੱਢ ਦੇਣੀ ਆ ਸੋਚੋ ਇਦਾਂ ਦੇ ਨੇਤਾ ਹੁੰਦੇ ਸਿਰ ਗੱਲਾਂ ਦੇ ਸ਼ੇਰ ਹੁੰਦੇ ਕੰਮ ਕਰਨ ਵਾਲੇ ਇਹਨਾਂ ਨੂੰ ਗੱਛ ਪੈ ਜਾਂਦੀ ਹੈ ਭਈ ਅਗਰ ਰਿਸਪੌਂਸ ਐਸੇ ਨੇਤਾ ਕੇ ਲਈ ਅੱਛਾ ਹੈ ਤਬੀ ਹਮਾਰੀ ਸਾਰ ਕਰਾਊਡ ਐਸੀ ਸੀ ਔਰ ਯੂਥ ਐਸੀ ਸੀ ਹੈ ਤੁਹਾਡੇ ਲਈ ਨੰਬਰ ਤੁਹਾਡੇ ਬਹੁਤ ਇੰਪੋਰਟੈਂਟ ਹੈ ਤੁਹਾਡਾ ਸਰਟੀਫਿਕੇਟ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਤੋ ਐਸ ਇੰਡੀਆ ਤੁਹਾਡੇ ਲਈ ਕਾ ਇੰਪੋਰਟੈਂਟ ਹੋ ਦੇਗੇ ਕਿ ਕਰਾਊਡ ਉਹ ਇਤਨੀ ਫਿੱਕੀ ਸ਼ਿਟ ਯਾਰ ਪਤਾ ਲੱਗੇ ਡੇਵੀਏਟ ਕਰਾਊਡ ਕਿਆ ਤਾਂ ਨਹੀਂ ਪਤਾ ਨਹੀਂ ਹੋ ਜਾ
बनवाओ ते सही अपना जो नेता है वो चुनो ताकि बाद जो तुहानूं ए सोचना ना पवे कि इन्हां ने ओ नहीं कीता ते ए नहीं कीता जे तुसी ओ जज कर सकते हो तो पहला तुसी आप अपना एक काम करो अपनियां वोटां बनाओ वोटां बनाओ ते मैनूं ही वोट करियो